ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਇੱਕ ਪੰਜਾਬ ਦੇ ਵਿੱਚ ਕੋਈ ਨਾ ਯੂਸ ਕਾਲਸਾ ਇੱਕ ਜੀਭ ਥੱਲੇ ਚੂਸਣ ਵਾਲੀ ਜਿਹੜੀ ਗੋਲੀ ਹੁੰਦੀ ਆ ਜਿਹੜੀ ਸਾਡੇ ਨੌਜਵਾਨ ਉਸ ਗੋਲੀ ਦਾ ਉਹਨੂੰ ਪੀਸ ਕੇ ਟੀਕਾ ਲਾ ਲਿਆ ਇਸ ਨੌਜਵਾਨ ਨੇ ਤੁਸੀਂ ਦੇਖੋ ਜੀਭ ਵਾਲੀ ਗੋਲੀ ਜਿਹੜੀ ਸਾਡੀ ਸਰਕਾਰ ਬਣਾਉਂਦੀ ਆ ਵੀ ਸਾਡੇ ਨੌਜਵਾਨ ਨਸ਼ੇ ਤੋਂ ਰਹਿਤ ਪਾ ਸਕਣਾ ਪਰ ਉਸ ਚੀਜ਼ ਦਾ ਵੀਰ ਨੇ ਟੀਕਾ ਲਾ ਲਿਆ ਇਹ ਵੀਰ ਦੱਸਦਾ ਮੈਂ 5 5 6 6 ਟੀਕੇ ਦਿਨ ਦੇ ਵਿੱਚ ਲਾਉਂਦਾ ਸੀ ਇਸ ਟਾਈਮ ਇਸ ਵੀਰ ਦੀ ਲੱਤ ਆ ਜਿਹੜੀ ਉਹ ਇੰਨੇ ਕਿ ਕ੍ਰਿਟੀਕਲ ਹਾਲਾਤ ਹੋ ਚੁੱਕੇ ਨੇ ਜੇ ਤੁਸੀਂ ਵੀਡੀਓ ਵੀ ਦੇਖਣੀ ਹੋਈ ਨਾ ਅਸੀਂ ਤੁਹਾਨੂੰ ਵੀਡੀਓ ਵੀ ਸੈਂਡ ਕਰ ਦਾਂਗੇ ਜੀ ਹਾਲਾਤ ਇੰਨੇ ਕ੍ਰਿਟੀਕਲ ਹੋ ਗਏ ਹੱਡੀ ਵੀ ਪਾੜ ਕੇ ਮਤਲਬ ਬਾਹਰ ਨੂੰ ਆ ਗਿਆ ਲੱਤ ਇੰਨਾ ਮਤਲਬ ਐਡਾ ਵੱਡਾ ਟੱਕਾ ਔਰ ਇੰਨੇ ਕਿ ਜ਼ਿਆਦਾ ਕੀੜੇ ਨੇ ਵਿੱਚ ਔਰ ਇਹ ਸਾਰਾ ਜਿਹੜਾ ਜ਼ਖਮਾ ਇਹ ਹੋਇਆ ਤਾਂ ਇਸ ਵੀਰ ਨੇ ਇੱਕ ਨਸ਼ੇ ਦਾ ਟੀਕਾ ਜਿਹੜਾ ਉਸ ਨੂੰ ਪੀਸ ਕੇ ਨਸ਼ੇ ਵਾਲੀ ਗੋਲੀ ਵਿਉਪਨ ਨੂੰ ਔਰ ਆਪਣੀ ਲਤ ਦੇ ਵਿੱਚ ਲਾ ਲਿਆ ਵੀਰ ਦੱਸਦਾ ਮੈਂ ਆਪਣੀ ਪੇਟ 'ਚ ਵੀ ਟੀਕੇ ਲਾਉਂਦਾ ਰਿਹਾ ਇਹ ਵੀਰ ਦੱਸਦਾ ਮੈਂ ਆਪਣੇ ਹੱਥਾਂ 'ਤੇ ਵੀ ਟੀਕੇ ਲਾਉਂਦਾ ਰਿਹਾ ਇਸ ਵੀਡੀਓ ਦਾ ਮਕਸਦ ਕੀ ਆ ਅਸੀਂ ਚਾਹੁੰਦੇ ਆ ਵੀ ਤੁਹਾਨੂੰ ਅਵੇਅਰਨੈਸ ਮਿਲ ਸਕੇ ਬਹੁਤ ਭੈਣ ਭਰਾ ਐਸੇ ਨੇ ਜਿਹੜੇ ਜਿਹੜੀ ਜੀਬ ਥੱਲੇ ਵਾਲੀ ਗੋਲੀ ਨੂੰ ਜਿਹੜੀ ਇੰਨਾ ਜ਼ਿਆਦਾ ਯੂਜ਼ ਕਰ ਰਹੇ ਨੇ ਹੱਦ ਤੋਂ ਵੱਧ ਔਰ ਉਸ ਗੋਲੀ ਤੋਂ ਆ ਨੁਕਸਾਨ ਹੋ ਜਾਂਦੇ ਨੇ ਸਾਡੇ ਨੌਜਵਾਨਾਂ ਦੇ ਤੁਸੀਂ ਦੇਖੋ ਅੱਜ ਦੇ ਹਾਲਾਤ ਕੀ ਹੋ ਗਏ ਇਸ ਵੀਰ ਦੇ ਮੇਰੇ ਤੁਸੀਂ ਮਤਲਬ ਕਿੰਨੇ ਸਮੇਂ ਤੋਂ ਇਹ ਜਿਹੜੇ ਇੰਜੈਕਸ਼ਨ ਵਿਉਪਨ ਦੀ ਗੋਲੀ ਨੂੰ ਪੀਸ ਕੇ ਲਾ ਰਹੇ ਹੋ ਔਰ ਕੀ ਕਿੱਦਾਂ ਲਾਉਂਦੇ ਸੀ ਕਿੰਨੇ ਕਿੰਨੇ ਲਾ ਲੈਂਦੇ ਸੀ ਕਿੱਥੇ ਕਿੱਥੇ ਲਾਉਂਦੇ ਸੀ ਵੀ ਜੇ 2 3 4 ਸਾਲ ਹੋ ਗਏ ਆ ਜੀ ਮੈਂ ਦਿਹਾੜੀ 'ਚ 5 5 7 7 ਕੀ ਲਾ ਲਿੰਦਾ ਰਿਆਂ ਦਿਹਾੜੀ 'ਚ ਓਕੇ ਦਿਹਾੜੀਦਾਰ ਬੰਦਾ ਸੀ ਹੂੰ ਤੇ 300 ਰੁਪਏ ਦਿਹਾੜੀ ਹੀ ਕਰੇ ਨਹੀਂ ਕਰੇ ਨਹੀਂ 1 ਰੁਪਿਆ ਵੀ ਦਿੰਦਾ ਓਕੇ ਪੰਜ ਪੈਣਾ ਸੀ ਮੇਰੀਆਂ ਠੀਕ ਹੈ ਤੇ ਡੈਡੀ ਦੀ ਵੀ ਡੈਥ ਹੋ ਗਈ ਓਕੇ ਤੇ ਕਰਦੇ ਆ ਆਪ ਦਾ ਆਪੇ ਸਾਰਦੇ ਸੀ ਠੀਕ ਹੈ ਹਾਂਜੀ ਓਕੇ ਤੇ ਵੀਰੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਇਸ ਜਗ੍ਹਾ ਤੇ ਮਤਲਬ ਟੀਕਾ ਹੀ ਲਾਇਆ ਇੱਕ ਹਾਂਜੀ ਕਿੰਨਾ ਮਤਲਬ ਭਰ ਕੇ ਲਾ ਲਿਆ ਟੀਕਾ ਤੁਸੀਂ 5 ਐਮਐਲ 5 ਐਮਐਲ ਦਾ ਹਾਂਜੀ ਓਕੇ ਔਰ ਓਕੇ ਤੁਸੀਂ 5 ਐਮਐਲ ਦਾ ਟੀਕਾ ਲਾ ਲਿਆ ਹਨਾ ਮਤਲਬ ਫਿਰ ਤੁਹਾਡੇ ਨਾਲ ਦੀ ਨਾਲ ਇਹ ਰਿਐਕਸ਼ਨ ਕਰ ਗਿਆ ਟੀਕਾ ਹਾਂਜੀ ਹਾਂਜੀ ਦੇਖੋ ਤੁਸੀਂ ਦੋਸਤੋ ਇੱਕ ਟੀਕਾ ਤੁਸੀਂ ਹੋਰ ਕਿੱਥੇ ਕਿੱਥੇ ਟੀਕੇ ਲਾਉਂਦੇ ਰਹੋ ਢਿੱਡ ਚ ਨਾੜਾਂ ਚ ਹੱਥਾਂ ਦੇ ਉਂਗਲਾਂਾਂ ਦੀਆਂ ਜ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰੀ ਹੱਥਾਂ ਤੇ ਜ਼ਰੂਰ ਦਿਖਾਓ ਆ ਹੱਥਾਂ ਤੇ ਇਸ ਵੀਰ ਦੇ ਜਿਹੜੇ ਟੀਕੇ ਲਾਏ ਹੋਏ ਨੇ ਜੀ ਇਹ ਵੀਰ ਕੱਲੀ ਤੁਸੀਂ ਉਹੀ ਗੋਲੀ ਦੇ ਟੀਕੇ ਲਾਉਂਦੇ ਸੀ ਆ ਪਰਲੇ ਖੱਬੇ ਹੱਥ ਤੇ ਦੇਖੋ ਤੁਸੀਂ ਜਿਹੜਾ ਹੱਥ ਦੇ ਉੱਪਰ ਨਿਸ਼ਾਨ ਕਿੱਡੇ ਕਿੱਡੇ ਬਣ ਗਏ ਬਾਕੀ ਹੁਣ ਕਿੰਨਾ ਟਾਈਮ ਹੋ ਗਿਆ ਨਹੀਂ ਲਾਇਆ ਤੁਸੀਂ ਟੀਕਾ ਹੁਣ ਮੈਨੂੰ ਹੋ ਗਏ 5 6 7 5 6 ਮਹੀਨੇ ਹੋ ਗਏ ਆ ਲਾਏ ਨੂੰ ਟੀਕਾ ਜबान ਥੱਲੇ ਗੋਲੀ ਰੱਖੀਦੀ ਆ ਬਸ ਉਹ ਵੀ ਕਰਦੇ ਲਿਆ ਕੇ ਦਿੰਦੇ ਬਸ ओके okay. हां जी ਕੰਮ ਕਰ ਕਰਨ ਜੋ ਕਰ ਨਹੀਂ ਰਿਹਾ ਤੁਹਾਡਾ ਤੁਹਾਡਾ ਕੀ ਨਾਮ ਆ ਕਿਹੜਾ ਪਿੰਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਰਹਿਣ ਵਾਲਾ ਕੜਕੇ ਦਾ ਵਾਂ ਇਹ ਕਿੱਥੇ ਪੈਂਦਾ ਜੀ ਇਹ ਪੈਂਦਾ ਜੀ ਮਾਝਾ ਏਰੀਆ ਓਕੇ ਹਾਂ ਜੀ ਠੀਕ ਹੈ ਜ਼ਿਲ੍ਹਾ ਮਤਲਬ ਜ਼ਿਲ੍ਹਾ ਤਰਨਤਨ ਤਰਨਤਨ ਸਾਹਿਬ ਦੇ ਵਿੱਚੋਂ ਵੀਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਨਸ਼ੇ ਤੋਂ ਬਾਅਦ ਦੀ ਗੱਲ ਆ ਪਹਿਲਾਂ ਤੁਸੀਂ ਦੇਖੋ ਇੱਕ ਚੂਸਣ ਵਾਲੀ ਜਿਹੜੀ ਗੋਲੀ ਆ ਜੀਵਤਲੇ ਰੱਖਣ ਵਾਲੀ ਉਸ ਗੋਲੀ ਨੇ ਮਤਲਬ ਇਸ ਇਨਸਾਨ ਦੀ ਜ਼ਿੰਦਗੀ ਬਰਬਾਦ ਕਰਤੀ ਜਦ ਤੁਹਾਡੇ ਉਹ ਅੰਦਰ ਜਾਂਦੀ ਆ ਨਾ ਤੁਹਾਡੇ ਸਰੀਰ ਨੂੰ ਬਰਬਾਦ ਕਰ ਦੂਗੀ ਜੀ ਉਹ ਬਹੁਤ ਵੀਰ ਨਸ਼ੇ ਦੀਆਂ ਗੋਲੀਆਂ ਖਾਂਦੇ ਨੇ ਕਿੰਨੀ ਉਹਨਾਂ ਨੂੰ ਸਮਝਾ ਲਓ ਪਰ ਇਹ ਜਿਹੜੇ ਹਾਲਾਤ ਨੇ ਇਹ ਬਣਦੇ ਜਾ ਰਹੇ ਨੇ ਤੁਸੀਂ ਦੇਖੋ ਵੀ ਜਦੋਂ ਇਹ ਇੱਕ ਲਤ ਦੇ ਵਿੱਚ ਉਸ ਗੋਲੀ ਨੂੰ ਲਾਉਣ ਦੇ ਨਾਲ ਐਡਾ ਨੁਕਸਾਨ ਹੋ ਗਿਆ ਤੰਦਰੁਸਤ ਸਰੀਰ ਦਾ ਕਿੰਨਾ ਕੁ ਨੁਕਸਾਨ ਕਰਦੀ ਹੋਊਗੀ ਤੁਸੀਂ ਆਪ ਅੰਦਾਜ਼ਾ ਲਾਓ ਸਾਰੇ ਭੈਣ ਭਰਾ ਕਿੰਨੀ ਕੋ ਤੇਜ਼ ਹੋਊਗੀ ਗੋਲੀ ਇਹ ਵੀਰ ਦਰਦ ਨਾਲ ਤੜਫ ਰਿਹਾ ਜੇ ਅਸੀਂ ਤੁਹਾਨੂੰ ਕੀੜੇ ਦਿਖਾਈਏ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰੀ ਇੱਥੇ ਰੱਖ ਦਿਓ ਇੱਥੇ ਤੁਸੀਂ ਆਹ ਕੀੜੇ ਇਸ ਵੀਰ ਦੇ ਅਸੀਂ ਕੱਢ ਰਹੇ ਹਾਂ ਇਸ ਟਾਈਮ ਆਲੋ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਵਿੱਚ ਕੀੜੇ ਭਰਨ ਨਾਲ ਤਾਂ ਸ਼ੁਰੂ ਕੀਤੇ ਨੇ ਜੀ ਅਸੀਂ ਕੱਢਣੇ ਔਰ ਕੀੜੇ ਇੰਨੇ ਜ਼ਿਆਦਾ ਨਹੀਂ ਇਸ ਵੀਰ ਦੇ ਵੀ ਹੱਦ ਤੋਂ ਵੱਧ بڑے ਮੋٹے ਮੋٹے ਦੇ ਕੀੜੇ ਆ ਨੀਚੇ ਥੱਲੇ ਜਿਹੜਾ ਥੱਲਾ ਇਹਦੇ ਵਿੱਚ ਕੀੜੇ ਹੀ ਨੇ ਜੀ ਔਰ ਇਹ ਸਾਡੇ ਅੱਜ ਨੌਜਵਾਨੀ ਨੂੰ ਖਾ ਰਹੇ ਨੇ ਜੀ ਅਸੀਂ ਤੁਹਾਨੂੰ ਵੀ ਇਹ ਮਤਲਬ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਵੀ ਐਸੀ ਜਿਹੜੀ ਗੋਲੀ ਆ ਉਹ ਮਹਾਰਾਜ ਸਾਡੇ ਪੰਜਾਬ ਚੋਂ ਹੀ ਖਤਮ ਕਰ ਦੇਣ ਸਾਡੇ ਇਹ ਨੌਜਵਾਨ ਤੰਦਰੁਸਤ ਹੋ ਜਾਣ ਜੇ ਕੋਈ ਗਲਤੀ ਕਰਦਾ ਗੁਰੂ ਸਾਹਿਬ ਅੱਗੇ ਕਰਕੇ ਅਰਦਾਸ ਸਿੱਧੇ ਰਸਤੇ ਪੈ ਜਾਓ ਮਹਾਰਾਜ ਕਿਰਪਾ ਕਰਨਗੇ ਵੀਰੇ ਤੁਸੀਂ ਕੀ ਸੰਦੇਸ਼ ਦਿਨੇ ਹੋ ਦੇਖੋ ਬਹੁਤ ਯੂਥ ਹੈ ਸਾ ਜਿਹੜੇ ਨਸ਼ੇ ਵਾਲੀ ਗੋਲੀ ਆ ਜਿਹੜੀ ਜੀਭ ਥੱਲੇ ਚੂਸਣ ਵਾਲੀ ਉਹਨੂੰ ਨਸ਼ਾ ਨਹੀਂ ਮੰਨਦੇ ਨਹੀਂ ਵੀਰ ਬਾਬਾ ਜੀ ਹਾਂਜੀ ਹਾਂਜੀ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਤੁਹਾਡੇ ਏਰੀਆ ਚ ਕਿੰਨੇ ਕੁ ਮੁੰਡੇ ਨੇ ਜਿਹੜੇ ਹਨ ਟੀਕਾ ਲਾਉਂਦੇ ਨੇ ਇੱਕ ਨਸ਼ੇ ਦੀ ਗੋਲੀ ਦੇਈ ਇਹ ਹੈਗੇ ਦਾ 12 ਹੈਗੇ ਬਾਬਾ ਜੀ ਜਿਹੜੇ ਮਤਲਬ ਸਰਕਾਰੀ ਹਸਪੀਟਲ ਤੋਂ ਲਿਆ ਕੇ ਟੀਕਾ ਮਾਰਦੇ ਨੇ ਹਾਂਜੀ ਸਰਕਾਰੀ ਗੋਲੀ ਦਾ ਟੀਕਾ ਲਾਉਂਦੇ ਨੇ ਮਤਲਬ ਉਦੋਂ ਹੀ ਕਿਉਂ ਲਾਉਂਦੇ ਨੇ ਟੀਕਾ ਉਹ ਵੀ ਇਸ ਤਰ੍ਹਾਂ ਹੀ ਕੰਮ ਕਰਨ ਦੇ ਮਾਰੇ ਝਾਕ ਚਿੱਤੇ ਬਾਬਾ ਜੀ ਓਕੇ ਜਦੋਂ ਤੁਸੀਂ ਟੀਕਾ ਲਾਇਆ ਥੋਡੇ ਨਾਲ ਦੀ ਨਾਲੇ ਇਹ ਇਹ ਪ੍ਰੋਬਲਮ ਹੋ ਗਈ ਹੈ ਨਾ ਹਾਂਜੀ ਛਾਲਾ ਵੱਜ ਗਿਆ ਨਿਕਾਜਾ ਛਾਲੇ ਤੋਂ ਬਾਅਦ ਮੁੜ ਕੇ ਹੋੜੀ ਵਾਲੀ ਜਹਮ ਵੱਜ ਗਿਆ ਜਹਮ ਤੋਂ ਬਾਅਦ ਹੋੜੀ ਵਾਲੀ ਮੁੜ ਕੇ ਵਾਦਾ ਵਾਦਾ ਵੱਜ ਗਿਆ ਬੱਬਾ ਜੀ ਹੂੰ ਦੇਖੋ ਤੁਸੀਂ ਇਸ ਵੀਰ ਨੇ ਦੱਸਿਆ ਇਹ ਖਾਲਸਾ ਜੀ ਖਾਲਸਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ। ਹਰਪ੍ਰੀਤ ਸਿੰਘ ਜੀ ਖਾਲਸਾ ਤੁਸੀਂ ਕਿਹੜੀ ਜਗ੍ਹਾ ਤੋਂ ਜੀ? ਮੈਂ ਕਕਰਾਲਾ ਖੁਰ ਦੇ ਤਹਿਸੀਲ ਸਮਰਾਲੇ। ਸਮਰਾਲੇ ਤੋਂ। ਔਰ ਵੀਰੇ ਦਾ ਕੀ ਨਾਮ ਹੈ ਜੀ? ਵਰਿੰਦਰ ਸਿੰਘ। ਵਰਿੰਦਰ ਸਿੰਘ। ਚਿਰੀ ਚਮਕੌਰ ਸਾਹਿਬ ਤੋਂ ਨਹੀਂ। ਇਹ ਖਾਲਸਾ ਜੀ ਕੱਲ ਸਾਡੇ ਕੋਲ ਆਏ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਉਸ ਨੂੰ ਕਿਹਾ ਵੀ ਨਾਲ ਦੀ ਨਾਲ ਲੈ ਕੇ ਆਓ ਮੁੰਡੇ ਨੂੰ। ਇਹ ਵੀਰੇ ਉਹ ਨਹੀਂ ਹੁਣ ਮਤਲਬ ਸਵੇਰ ਦੇ ਸਾਜਰੇ ਦੇ ਚੱਲੇ ਹੋਏ ਨੇ। ਤਰਨਤਨ ਸਾਹਿਬ ਤੋਂ ਇਸ ਵੀਰ ਨੂੰ ਲੈ ਕੇ ਆਏ ਨੇ। ਕੋਈ ਨੋ ਕੀ ਇਹ ਨਾ ਵੀਰਾਂ ਦੀ ਜਾਣ ਪਛਾਣ ਆ। ਹਾਲਾਤ ਤੁਸੀਂ ਦੇਖੋ ਅਸੀਂ ਤੁਹਾਡੇ ਅੱਗੇ ਤਾਂ ਪੇਸ਼ ਕੀਤੀ ਹੈ ਵੀਡੀਓ। ਮਤਲਬ ਸਾਡਾ ਮਨ ਭਰ ਗਿਆ ਵੀ ਮਤਲਬ ਐਸੇ ਤਰੀਕੇ ਨਾਲ ਵੀ ਸਾਡੇ ਨੌਜਵਾਨ ਦੀ ਜਾਨ ਜਾ ਸਕਦੀ ਆ ਅਸੀਂ ਤੁਹਾਡੇ ਅੱਗੇ ਵੀ ਬੇਨਤੀ ਕਰਾਂਗੇ ਵੀ ਤੁਸੀਂ ਇਸ ਚੀਜ਼ ਤੋਂ ਖਿਹੜਾ ਛਡਾ ਲਓ ਹੌਲੀ ਹੌਲੀ ਕਰਕੇ ਮਹਾਰਾਜ ਅੱਗੇ ਅਰਦਾਸ ਕਰੋ ਮਹਾਰਾਜੀ ਆਪਾਂ ਨੂੰ ਇਸ ਤਕਲੀਫ ਚੋਂ ਕੱਢ ਸਕਦੇ ਨੇ ਕਿਉਂਕਿ ਬੰਦਾ ਤਿਆ ਕੁਝ ਵੀ ਨਹੀਂ ਕਰ ਸਕਦਾ ਜਦੋਂ ਮਹਾਰਾਜ ਦੀ ਕਿਰਪਾ ਫਿਰ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਤੁਸੀਂ ਜਰੂਰ ਹੌਸਲਾ ਰੱਖਣਾ ਅਸੀਂ ਵੀਰ ਨੂੰ ਵੀ ਕਹਾਂਗੇ ਸਵੇਰੇ ਇਸ ਵੀਰ ਨੂੰ ਆਪਾਂ ਡਾਕਟਰ ਦੇ ਭੇਜਾਂਗੇ ਹੁਣ ਮੱਲਮ ਪੱਟੀ ਕਰਾਂਗੇ ਕੀੜਿਆਂ ਦੀ ਸਫਾਈ ਬੜੇ ਧਿਆਨ ਨਾਲ ਹੌਲੀ ਹੌਲੀ ਕਰਨੀ ਪਊਗੀ ਵੀਰ ਦੀ ਕਿਉਂਕਿ ਜਿਹੜੇ ਟੱਕ ਨੇ ਉਹ ਬਹੁਤ ਜ਼ਿਆਦਾ ਡੂੰਘੇ ਨੇ ਜ਼ਖਮ ਬਹੁਤ ਵੱਡਾ ਮਤਲਬ ਜੇ ਆਪਾਂ ਕਹੀਏ ਤਾਂ ਕੁੱਲ ਮਿਲਾ ਕੇ ਇੱਕ ਗਿੱਠ ਦਾ ਜ਼ਖਮ ਆ ਜੀ ਮਸਲ ਵੀ ਵਿੱਚੋਂ ਮਤਲਬ ਫੱਡੀ ਵੀ ਪਾਟ ਗਈ ਵਿੱਚੋਂ ਵੀਰੇ ਤੁਸੀਂ ਦੇਖਿਆ ਮਤਲਬ ਵੀ ਕੀ ਤੁਸੀਂ ਪਹਿਲੀ ਵਾਰ ਹੀ ਦੇਖਿਆ ਐਦਾਂ ਦਾ ਜ਼ਖਮ ਜੀ ਹਾਂਜੀ ਮੈਂ ਪਹਿਲੀ ਵਾਰ ਦੇਖਿਆ ਮੈਂ ਐਦਾਂ ਦਾ ਮੈਂ ਤਾਂ ਮਤਲਬ ਮੈਨੂੰ ਤਾਂ ਜੀ ਬਹੁਤ ਬੁਰਾ ਜਿਹਾ ਮਹਿਸੂਸ ਹੋਇਆ ਜਦ ਮੈਂ ਦੇਖਿਆ ਇਹਨੂੰ ਜੀ ਬਹੁਤ ਯਾਨੀ ਕਿ ਜਦਾਂ ਕੰਦਾ ਜਿਹਾ ਫੀਲ ਹੁੰਦਾ ਹੈ ਵੀ ਇਹ ਹਾਲਾਤ ਇਹਨੇ ਕੀ ਬਣਾਏ ਹੋਏ ਨੇ ਜੀ ਬਿਲਕੁਲ ਹਾਂਜੀ ਔਰ ਹਜੇ ਵੀ ਇਹ ਵੀਰ ਜਿਹੜਾ ਗੋਲੀ ਨੂੰ ਯੂਜ਼ ਕਰ ਰਿਹਾ ਜੀ ਹਜੇ ਵੀ ਇਹ ਵੀਰ ਮਤਲਬ ਜੀਬ ਥੱਲੇ ਗੋਲੀ ਨੂੰ ਰੱਖ ਕੇ ਉਹਨੂੰ ਚੂਸ ਲੈਂਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਵੀ ਜਿਹੜੀ ਇਹ ਤੋਂ ਖਿਹੜਾ ਛੁੱਟ ਜੇ ਗੋਲੀ ਤੋਂ ਅਸੀਂ ਤੁਹਾਡੇ ਆਲੇ-ਦੁਆਲੇ بڑے ਪਿੰਡਾਂ 'ਚ ਐਸੇ ਵੀਰ ਨੇ ਜਿਹੜੇ ਨਸ਼ੇ ਦੀ ਗੋਲੀ ਜੀਬ ਥੱਲੇ ਯੂਜ਼ ਕਰਦੇ ਨੇ ਉਹਨਾਂ ਨੂੰ ਇਹ ਵੀਡੀਓ ਦੇਖ ਲੈਣੀ ਚਾਹੀਦੀ ਆ ਵੀ ਆ ਹਾਲਾਤ ਵੀ ਹੋ ਜਾਂਦੇ ਨੇ ਜੇਕਰ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਸਾਨੂੰ ਮੈਸੇਜ ਕਰਨ ਸੇਵਾਦਾਰ ਦਾ ਨੰਬਰ ਅਸੀਂ ਦਵਾਂਗੇ ਜੀ ਉਸੇ ਨੰਬਰ ਤੇ ਮੈਸੇਜ ਕਰਨਾ ਅਸੀਂ ਉਹਨਾਂ ਨੂੰ ਇਹ ਵੀਡੀਓ ਵੀ ਸ਼ੇਅਰ ਕਰ ਦਾਂਗੇ ਵੀ ਦੇਖੋ ਭਾਈ ਤੁਹਾਨੂੰ ਬੰਦਾ ਵੀ ਮਿਲਾ ਦਾਂਗੇ ਬੰਦਾ ਸਾਡੇ ਕੋਲ ਆ ਜੀ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਇਸ ਟਾਈਮ ਅਸੀਂ ਸੰਸਥਾ ਦੇ ਬਿਲਕੁਲ ਬਾਹਰ ਖੜੇ ਆ ਜੀ ਔਰ ਸੰਸਥਾ ਦੇ ਵਿੱਚ ਇਸ ਟਾਈਮ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਵੀਰ ਨੇ ਉਹ ਪ੍ਰਸ਼ਾਦਾ ਛੱਕ ਰਹੇ ਨੇ ਔਰ ਗੁਰੂ ਨਾਨਕ ਦਾ ਦਰ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਹੀ ਆਪਾਂ ਨੂੰ ਇਸ ਮੁਸੀਬਤ ਚੋਂ ਕੱਢਣਗੇ ਇਹੋ ਜੇ ਨੌਜਵਾਨਾਂ ਨੂੰ ਔਰ ਆਪਾਂ ਨੂੰ ਸੇਵਾ ਕਰਨ ਦਾ ਵੱਲ ਬਖਸ਼ਣਗੇ ਮੈਸੇਜ ਸਾਡਾ ਇਹੀ ਹੈ ਤੁਸੀਂ ਵੱਧ ਚ ਤੁਹਾਡੇ ਵਾਲੇ ਵਾਲੇ ਬਹੁਤ ਐਸੇ ਵੀਰ ਨੇ ਜਿਹੜੇ ਮਤਲ ਨਸ਼ੇ ਦੀ ਗੋਲੀ ਯੂਜ਼ ਕਰਦੇ ਨੇ ਉਹਨਾਂ ਨੂੰ ਜਰੂਰ ਸ਼ੇਅਰ ਕਰਿਓ ਵੀ ਭਾਈ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਉਹਨੂੰ ਹੌਲੀ-ਹੌਲੀ ਘਟਾਓ ਡਾਕਟਰ ਨਾਲ ਗੱਲ ਕਰਕੇ ਨਹੀਂ ਤੁਹਾਡੇ ਹਾਲਾਤ ਕਿਤੇ ਇਹ ਨਾ ਹੋ ਜਾਣ ਔਰ ਮੈਂ ਬੜੇ ਦੇਖੇ ਨੇ ਵੀਰ ਹੋਰ ਵੀ ਬਹੁਤ ਪੱਤਰਾਂ ਦੀ ਗੋਲੀ ਆਉਂਦੀ ਆ ਉਹਨੂੰ ਕਾਫੀ ਵੀਰ ਲੱਕੜ ਦੇ ਉੱਪਰ ਪੀਸ ਕੇ ਉਹਨੂੰ ਮਤਲ ਭਰ ਕੇ ਲਾ ਲੈਂਦੇ ਨੇ ਸਾਡੇ ਕੋਲ ਕਾਫੀ ਨੌਜਵਾਨ ਆ ਰਹੇ ਨੇ ਜਿਨ੍ਹਾਂ ਦੀ ਦਵਾਈ ਚੱਲ ਰਹੀ ਹੈ ਜੀ ਔਰ ਉਸੇ ਚੀਜ਼ ਨਾਲ ਮਤਲ ਨਸ਼ਾ ਵੱਧ ਹੋਣ ਦੇ ਨਾਲ ਔਰ ਆਹ ਜਿਹੜੇ ਹਾਲਾਤ ਇਸ ਵੀਰ ਦੇ ਹੋਗੇ ਉਸ ਵੀਰ ਤੁਸੀਂ ਜਦੋਂ ਉਹਨੂੰ ਜਿੰਜੀਬੜੀ ਵਾਲੀ ਗੋਲੀ ਨੂੰ ਚੂਸਦੇ ਸੀ ਤਾਂ ਤੁਸੀਂ ਉਰੇ ਕਦੋਂ ਲਾਉਣ ਲੱਗੇ ਵੀ ਨਸ਼ਾ ਵੱਧ ਹੋ ਜਵੇ ਜਾਂ ਕੋਈ ਹੋਰ ਪ੍ਰੋਬਲਮ? ਇਹ ਵੀ ਬਾਬਾ ਜੀ ਕਹਿੰਨੇ ਇਸ ਤਰ੍ਹਾਂ ਚਾਹ ਦੱਸੀ ਤੇ ਉਹ ਲਾਉਣ ਡਾ ਕਿ ਉਹ ਵੀ ਲਾਉਂਦਾ ਪਹਿਲਾਂ ਉਹਨੇ ਦੱਸਿਆ ਤੇ ਮੁੜ ਕੇ ਹੀ ਲੱਗ ਮੈਂ ਬਾਬਾ ਜੀ ਤੁਸੀਂ ਕਿੰਨਾ ਕੁ ਸਾਲ ਕਿੰਨਾ ਕੁ ਟਾਈਮ ਲਾਉਂਦੇ ਰਹੇ ਵੀ ਪ੍ਰੋਬਲਮੇ ਨਹੀਂ ਆਈ? ਮੈਂ ਲਾਉਂਦਾ ਰਿਹਾ ਬਾਬਾ 4 2-3-4 ਸਾਲ ਹੋ ਗਏ। 4 ਸਾਲੇ ਵੀਰ ਟੀਕੇ ਲਾਉਂਦਾ ਰਿਹਾ 4 ਸਾਲ ਬਾਅਦ ਅੱਜ ਸਾਨੂੰ ਇਹ ਲੱਗਦਾ ਵੀ ਹਾਲਾਤ ਲੱਤ ਦੇ ਵੀ ਸ਼ਾਇਦ ਲੱਤ ਸ਼ਾਇਦ ਇਹ ਮਤਲਬ ਮੈਨੂੰ ਬੋਲਣਾ ਨਹੀਂ ਚਾਹੀਦਾ। ਵੀ ਹਾਲਾਤ ਇੰਨੇ ਕ੍ਰਿਟੀਕਲ ਨੇ ਮਹਾਰਾਜ ਕਿਰਪਾ ਕਰੇ ਵੀ ਇਹਨੂੰ ਇਹਦੇ ਪੈਰਾਂ ਤੇ ਚਲਾਵੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਔਰ ਤੁਸੀਂ ਜਰੂਰ ਆਉਂਦੇ ਜਾਂਦੇ ਇਹ ਰੱਬ ਰੂਪੀ ਪਰਿਵਾਰ ਵੀ ਸਾਡਾ ਦੇਖ ਕੇ ਜਾਣਾ ਜਰੂਰ ਦੁਆਵਾਂ ਕਰਨੀਆਂ ਨੇ ਇਸ ਕਰ ਲਈ ਔਰ ਤੁਹਾਡੇ ਵਾਲੇ ਦੁਆਲੇ ਜੇਕਰ ਕੋਈ ਐਸੀ ਗਲਤੀ ਕਰਦਾ ਵੀਰ ਤੁਸੀਂ ਉਹਨਾਂ ਨੂੰ ਸਾਡੇ ਕੋਲ ਭੇਜੋ ਉਹਨਾਂ ਦਾ ਆਪਾਂ ਇਲਾਜ ਸ਼ੁਰੂ ਕਰੀਏ ਦਵਾਈ ਸ਼ੁਰੂ ਕਰੀਏ ਆਪਾਂ ਉਹਨਾਂ ਨੂੰ ਰੱਖ ਨਹੀਂ ਸਕਦੇ ਹਜੇ ਅੱਗੇ ਜਾ ਕੇ ਉਹਨਾਂ ਲਈ ਵੀ ਘਰ ਬਣਾਵਾਂਗੇ ਔਰ ਉਹਨਾਂ ਦਾ ਇਲਾਜ ਜ਼ਰੂਰ ਕਰਵਾ ਸਕਦੇ ਹਾਂ ਗੁਰੂ ਸਾਹਿਬ ਦੇ ਪੰਧਾਰੇ ਚੋਂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਬਾਕੀ ਤੁਹਾਡੇ ਨਾਲ ਅੱਗੇ-ਅੱਗੇ ਅਸੀਂ ਮੈਸੇਜ ਸਾਂਝੇ ਕਰਦੇ ਰਹਾਂਗੇ ਇਸ ਵੀਰ ਦੀ ਇੱਕ ਵੀਡੀਓ ਅਸੀਂ ਹੋਰ ਵੀ ਬਣਾ ਕੇ ਸ਼ੇਅਰ ਕਰਦੀਆਂ ਵੀ ਤਾਂਕਿ ਨੌਜਵਾਨਾਂ ਨੂੰ ਮਾੜਾ ਜਿਹਾ ਮਤਲਬ ਚੰਗਾ ਪਤਾ ਪਤਾ ਲੱਗ ਸਕੇ ਵੀ ਇਹਦਾ ਕੀ ਕੀ ਨੁਕਸਾਨ ਆ ਪਲੀਜ਼ ਸਾਡੀ ਬੇਨਤੀ ਹੈ ਇਸ ਚੀਜ਼ ਤੋਂ ਜ਼ਰੂਰ ਛੁਟਕਾਰਾ ਪਾਓ ਹੌਲੀ-ਹੌਲੀ ਜੇਕਰ ਤੁਹਾਨੂੰ ਦਵਾਈ ਦੀ ਲੋੜ ਆ ਤੁਹਾਡੇ ਕੋਲੇ ਦਵਾਈ ਦਾ ਪ੍ਰਬੰਧ ਨਹੀਂ ਤਾਂ ਤੁਸੀਂ ਲਚਕਾਣੀ ਪਿੰਡ ਆਓ ਤੁਹਾਡੀ ਅਸੀਂ ਦਵਾਈ ਸ਼ੁਰੂ ਕਰਾਂਗੇ ਕੋਈ ਤੁਹਾਡੀ ਵੀਡੀਓ ਨਹੀਂ ਇੰਟਰਨੈਟ ਤੇ ਪਾਈ ਜਾਂਦੀ ਇੱਥੇ 600 ਬੰਦਾ ਜਿਹੜਾ ਦਵਾਈ ਲੈਣ ਆਉਂਦਾ ਜੀ ਉਹਨਾਂ ਦੀ ਕੋਈ ਇੰਟਰਨੈਟ ਤੇ ਵੀਡੀਓ ਨਹੀਂ ਸ਼ੇਅਰ ਕੀਤੀ ਜਾਂਦੀ ਸਭ ਦਾ ਪੜਦਾ ਰੱਖਿਆ ਜਾਂਦਾ ਇਸ ਵੀਰ ਦੀ ਵੀਡੀਓ ਪਾਉਣੀ ਤਾਂ ਮਜਬੂਰੀ ਹੈ ਵੀ ਤੁਹਾਨੂੰ ਸਮਝਾਉਣਾ ਚਾਹੁੰਦੇ ਆਂ ਵੀ ਤੁਸੀਂ ਇਸ ਦਲਦਲ ਚੋਂ ਨਿਕਲੋ